ਚੱਟਰਬਿੰਦ ਖੰਨਾ ਮਰਦਾਬਾਦ ਔਰ ਮੈਂ ਅੱਜ ਵੀ ਕਿਸਾਨਾਂ ਦੇ ਨਾਲ ਹਾਂ ਪਰ ਜਥੇਬੰਦੀ ਨਾਲ ਨਹੀਂ ਹਾਂ ਮੈਂ ਵਿਰੋਧ ਕਰਾਂਗੇ ਕਿਉਂਕਿ ਸਾਡਾ 750 ਕਿਸਾਨਾਂ ਦਾ ਕਾਤਲ ਹੈ ਨਰਿੰਦਰ ਮੋਦੀ ਸੇਵਾ ਮੈਂ ਕੀਤੀ ਹੈ ਸੰਗਰੂਰ ਇਲਾਕੇ ਦੀ ਪਿਛਲੇ 25 ਸਾਲ ਕਿਸੇ ਨੇ ਨਹੀਂ ਕੀਤੀ ਹੋਣੀ ਚਾਹੇ ਕਿਸਾਨ ਮੇਰਾ ਭਰਾ ਹੋ ਚਾਹੇ ਗਰੀਬ ਮੇਰਾ ਭਰਾ ਹੋ ਚਾਹੇ ਮੇਰੀ ਭੈਣ ਹੋ ਚਾਹੇ ਕੋਈ ਵੀ ਹੋ ਮੈਂ ਸਮੁੱਚੇ ਸੰਗਰੂਰ ਦੀ ਪਿਛਲੇ 25 ਸਾਲ ਤੋਂ ਲਗਾਤਾਰ ਸੇਵਾ ਕਰਦਾ ਆ ਰਿਹਾ ਔਰ ਅੱਗੇ ਵੀ ਕਰਾਂਗਾ ਔਰ ਮੈਂ ਅੱਜ ਵੀ ਕਿਸਾਨਾਂ ਦੇ ਨਾਲ ਹਾਂ ਪਰ ਜਥੇਬੰਦੀ ਨਾਲ ਨਹੀਂ ਹਾਂ ਮੈਂ ਕਿਸਾਨਾਂ ਨਾਲ ਮੈਂ ਖੜਿਆ ਔਰ ਉਹਨਾਂ ਦੀ ਲੜਾਈ ਮੈਂ ਲੜਾਂਗਾ ਜਿੰਨੇ ਦਿਨ ਵੋਟਾਂ ਨਹੀਂ ਪੈਂਦੀਆਂ ਜਿੰਨੇ ਦਿਨ ਸਾਡੇ ਪਿੰਡਾਂ 'ਚ ਆਉਣਗੇ ਜਿੱਥੇ ਵੀ ਆਉਣਗੇ ਸ਼ਹਿਰ 'ਚ ਆਉਣ ਪਿੰਡਾਂ 'ਚ ਆਉਣ ਅਸੀਂ ਇਹਨਾਂ ਦਾ ਐਸੇ ਤਰੀਕੇ ਨਾਲ ਵਿਰੋਧ ਕਰਾਂਗੇ ਕਿਉਂਕਿ ਸਾਡਾ 750 ਕਿਸਾਨਾਂ ਦਾ ਕਾਤਲ ਹੈ ਨਰਿੰਦਰ ਮੋਦੀ ਅਤੇ ਸਾਡੇ ਸ਼ੁਭ ਘਰ ਨੂੰ ਸਿੱਧੀਆਂ ਗੋਲੀਆਂ ਮਾਰੀਆਂ ਨੇ BJP ਨੇ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਸਾਡੇ ਕਿਸਾਨਾਂ ਦੇ ਟਰੈਕਟਰ ਭੰਨੇ ਨੇਗੇ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਅਸੀਂ ਕਿਹੜੇ ਹਿਸਾਬ ਨਾਲ ਇਹਨਾਂ ਨੂੰ ਮਦਦ ਬਖਸ਼ ਦਈਏ ਇਸ ਕਰਕੇ ਅਸੀਂ ਇਹਨਾਂ ਦੀ ਜਮਾਤ ਦਾ ਪੂਰਨ ਵਿਰੋਧ ਕਰਦੇ ਹਾਂ ਅਸੀਂ BJP ਪਾਰਟੀ ਦਾ ਵਿਰੋਧ ਕਰਦੇ ਹਾਂ ਅਸੀਂ ਅਰਵਿੰਦ ਖੰਨਾ ਦਾ ਵਿਰੋਧ ਨਹੀਂ ਕਰਦੇ ਕਿਉਂਕਿ ਇਹ ਅਰਵਿੰਦ ਖੰਨਾ BJP ਪਾਰਟੀ ਦਾ ਨੁਮਾਇੰਦਾ ਹੈਗਾ ਇਸ ਕਰਕੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਇਸ ਲਈ ਜਦੋਂ ਵੀ ਇਹ ਜਿੱਥੇ ਵੀ ਆਉਣਗੇ ਇਹਨਾਂ ਦਾ ਐਸੇ ਤਰੀਕੇ ਨਾਲ ਅਸੀਂ ਸਖ਼ਤ ਵਿਰੋਧ ਕਰਾਂਗੇ